ਨਾਬਾਦੀ ਖੁੱਲੀ ਖੇਤੀਬਾੜੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਕੈਦੀਆਂ ਵੱਲੋਂ ਦੂਜੇ ਦਿਨ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਜਾਰੀ ਰੱਖੀ ਗਈ। ਕੈਦੀਆਂ ਦਾ ਕਹਿਣਾ ਸੀ ਕਿ ਪੂਖ ਹੜਤਾਲ ਕਰਨ ਦੇ ਬਾਵਜੂਦ ਉਹਨਾਂ ਕੋਲ ਮੁਸ਼ਕਲਾਂ ਸੁਣ ਲਈ ਕੋਈ ਵੀ ਉੱਚ ਅਧਿਕਾਰੀ ਸਬੰਧਤ ਵਿਭਾਗ ਦੇ ਦਾ ਨਹੀਂ ਪੁੱਜਿਆ। ਅਜੀਤ ਵੈਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਖੜੇ ਹਾਂ ਇਤਿਹਾਸਿਕ ਨਗਰੀ ਨਾਬਾਦੀ ਖੁੱਲੀ ਖੇਤੀਬਾੜੀ ਜੇਲ੍ਹ ਅੰਦਰ ਜਿੱਥੇ 34 ਦੇ ਕਰੀਬ ਉਮਰਕਾਦ ਕਟੜੇ ਕੈਦੀਆਂ ਵੱਲੋਂ ਭੁੱਖ ਹੜਤਾਲ ਕੀਤੀ ਗਈ ਹੈ ਜਿਸ ਦਾ ਕਾਰਨ ਉਹਨਾਂ ਵੱਲੋਂ ਇਹ ਦੱਸਿਆ ਗਿਆ ਹੈ ਕਿ ਜੋ ਸਾਡਾ ਛੁੱਟੀ ਦਾ ਸਮਾਂ ਜਾਂ ਕੈਦ ਖਤਮ ਹੋਣ ਦਾ ਸਮਾਂ ਪੂਰਾ ਹੋ ਚੁੱਕਿਆ ਉਸ ਤੋਂ ਬਾਅਦ ਸਾਡਾ ਨਕਸ਼ਾ ਜਿਹੜਾ ਸੁਪਰਡੈਂਟ ਸਾਹਿਬ ਵੱਲੋਂ ਨਹੀਂ ਭੇਜਿਆ ਜਾ ਰਿਹਾ ਜਦੋਂ ਕਿ ਇਸ ਸੰਬੰਧੀ ਸੁਪਰਡੈਂਟ ਸੁੱਚਾ ਸਿੰਘ ਦਾ ਕਹਿਣਾ ਹੈ ਕਿ ਮੇਰੇ ਵੱਲੋਂ ਸਹੀ ਟਾਈਮ ਤੇ ਜਿਸ ਕੈਦੀ ਦਾ ਟਾਈਮ ਪੂਰਾ ਹੋ ਜਾਂਦਾ ਹੈ ਉਹਦਾ ਨਕਸ਼ਾ ਭੇਜਿਆ ਜਾਂਦਾ ਹੈ ਕੁਝ ਮੰਗਾ ਕੈਦੀਆਂ ਵੱਲੋਂ ਇਹ ਵੀ ਰੱਖਿਆ ਗਿਆ ਕਿ ਅਸੀਂ ਭੁੱਖ ਹੜਤਾਲ ਤੇ ਆਂ ਔਰ ਸੁਪਰਡੈਂਟ ਮੁਤਾਬਕ ਉਹਨਾਂ ਵੱਲੋਂ ਨਹੀਂ ਭੁੱਖ ਹੜਤਾਲ ਕੀਤੀ ਹੋਈ ਰੋਟੀ ਵਗੈਰਾ ਖਾ ਕੇ ਇਹ ਡਰਾਮਾ ਰਚ ਰਹੇ ਨੇ ਪਰ ਇਸ ਸਬੰਧੀ ਜਦੋਂ ਕੈਦੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਰਸੋਈ ਦੀਆਂ ਚਾਬੀਆਂ ਨੇ ਜਿਹੜੀਆਂ ਉਹ ਸੁਪਰਡੈਂਟ ਸੁੱਚਾ ਸਿੰਘ ਕੋਲੇ ਨੇ ਜਿਸ ਵਿੱਚ ਰਾਸ਼ਨ ਹੈ ਇਸ ਵਾਸਤੇ ਉਹ ਸਾਡੇ ਤੇ ਝੂਠਾ ਇਲਜ਼ਾਮ ਲਾ ਰਹੇ ਨੇ ਵੀ ਅਸੀਂ ਰੋਟੀ ਖਾ ਕੇ ਭੁੱਖ ਹੜਤਾਲ ਤੇ ਬੈਠੇ ਆ ਕੈਦੀਆਂ ਮੁਤਾਬਕ ਜਾਣ ਬੁਝ ਕੇ ਉਹਨਾਂ ਦਾ ਨਕਸ਼ਾ ਜਿਹੜਾ ਉਹ ਲੇਟ ਕੀਤਾ ਜਾਂਦਾ ਹੈ سزا ਪੂਰੀ ਹੋ ਚੁੱਕੀ ਹੈ ਜਾਂ ਛੁੱਟੀ ਤੇ ਜਿਨ੍ਹਾਂ ਕੈਦੀਆਂ ਨੇ ਜਾਣਾ ਹੁੰਦਾ ਉਹਨਾਂ ਦਾ ਵੀ ਜੋ ਪੁਲਸ ਰਿਪੋਰਟ ਹੈ ਉਹ ਤਿਆਰ ਨਹੀਂ ਕੀਤੀ ਜਾਂਦੀ ਪੁਲਸ ਰਿਪੋਰਟ ਹੀ ਮੇਨ ਹੁੰਦੀ ਹੈ ਉਸ ਤੋਂ ਬਾਅਦ ਹੀ ਜੋ ਛੁੱਟੀ ਹੈ ਉਹ ਕੈਦੀ ਨੂੰ ਮਿਲਦੀ ਹੈ ਜਾਂ سزا ਪੂਰੀ ਹੋਏ ਤੇ ਉਸ ਦੀ ਪੁਲਸ ਰਿਪੋਰਟ ਬਾਅਦ ਹੀ ਅਗਲੀ ਕਾਰਵਾਈ ਸ਼ੁਰੂ ਹੁੰਦੀ ਹੈ ਅਤੇ ਜਿਸ ਸੰਬੰਧੀ ਹੁਣ ਵੀ ਤੁਸੀਂ ਦੇਖ ਰਹੇ ਹੋ ਕੈਦੀ ਨੇ ਜਿਹੜੇ ਭੁੱਖ ਹੜਤਾਲ ਤੇ ਬੈਠੇ ਨੇ মিডিਆ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ ਇਸ ਵਾਸਤੇ ਅਸੀਂ ਬਾਹਰ ਤੋਂ ਹੀ ਤੁਹਾਨੂੰ ਇਹ ਰਿਪੋਰਟ ਹੈ ਜਿਹੜੀ ਦਿਖਾ ਰਹੇ ਹਾਂ ਕੈਮਰਾਮੈਨ ਅਮਰਿਤਪਾਲ ਸਿੰਘ ਦੇ ਨਾਲ ਅਮਨਦੀਪ ਸਿੰਘ ਨਵਲੀ ਅਜੀਤ ਵੈਬ ਨਾਬਾ